हाँ जी सत श्री अकाल जी सारे वीरां नूं की हाल चाल ने सारयां दे। अज स्प्रे करन लगे आलूआं दे उपरली M45 तेले तो ते नाल पाया जिंक ते नाल अपना वो तेले वाली ते नाल किलो यूरिया। जिंक तुसी चलेटड भी पा सकते हो ते दूजा भी पा सकते। अच्छा SMS लाने पैने दोनों मशीनों के क्योंकि इतने सारे जिन्हों की वाढ़ी जोधा पेंड च असी वाढ़ी मैं लगता SMS तो बिना शायद ही कोई घर होना जिदी करी होगी नहीं तो सारे SMS वाले क्योंकि SMS ला के सुपर सीड नाल बीजते हैं। एक दूजे की मदद करनी है कल्ले कल्ले ने कसना जी जीत नूं कह आपे कर ला हाँ आपो अपना कर लो भी पत्ती बिंगी होगी रोटी होजू खाली खाली होजू भाई किन्ना होया थोड़ा ही रह गया कल पाया नहीं थी कल ओ निबड़ गया दोनों पासे वड़ते ओ कद छड़ा लिया है। अच्छा भाई आ थोड़ी ए पेन जी निकल गई है ना SMS दी नहीं आहो ए मूहरे ओ लग के करिया होना ना एवी सी बेल जा भी पै गया ना ए च ए बेल ओदो जो ट्राली लगी आ पत्ती बार नू आ गई नहीं ए ता फिर आहो नहीं आ बार नू आया भी आ बेल जेड़ा पिया ता ही पे गया आ बीजी हुई है जी अपनी सरों हाथा नाल यानी कि हाथ नाल हाथ आले हल नाल ये प्लाट बीजा है का प्लाट बीजा है वधिया हो गई। अज करदे आ स्प्रे चलदी आलूआं दे उत्ते वाली स्प्रे करन लगे अज आपां एक तां करिया M45 हो गई है ना अद्धा किलो M45 आ ते किलो पाया जिंक ते किलो यूरिया ते नाल दिता वा किलो ना सच अपनी 125 ग्राम हो दवाई देख लो एवें होंदी इन्नी वधिया होंदी है स्प्रे। ये मोटर ते काम जिहा करन वाला सीगा हौलू हौलू उहदा देख लो जी अपनी पखराज दी फसल ये काफ़ी वो LR आलू नालों लेट सी काफ़ी ते बहुत वधिया ग्रोथ आ देख लो कोई वायरस नहीं 1-20% कोई बूटा तो खराब हो बिल्कुल साफ सुथरा आलू A1 क्वालिटी है जी A1 क्वालिटी सीड दी ओ चलदा स्प्रे दा काम अज अजे पहली स्प्रे करन लगे। हाँ जी भाई
ਵੀਰੇ ਦੇਖ ਲਓ ਇੱਕ ਗੱਲ ਤਾਂ ਤੁਸੀਂ ਮੰਨਣ ਵਾਲੀ ਹੈ ਨਾ ਕਿ ਆਲੂਆਂ ਦੇ ਉੱਤੇ ਵਾਧੂ ਨਜਾਇਜ਼ ਖਰਚੇ ਕਰਨ ਦਾ ਕੋਈ ਫਾਇਦਾ ਨਹੀਂ ਕਿਸੇ ਵੀ ਫਸਲ 'ਤੇ। ਜੇ ਆਪਣੀ ਫਸਲ ਦੀ ਜਰਮੀਨੇਸ਼ਨ ਪੂਰੀ ਵਧੀਆ, ਬੀਜ ਪੂਰਾ ਵਧੀਆ ਵਾ ਅਤੇ ਆਪਾਂ ਉਹਦਾ ਦੇਖ ਰਖਾਵ ਵਧੀਆ ਕਰ ਰਹੇ ਹਾਂ, ਠੀਕ ਨਹੀਂ। ਹੁਣ ਦੇਖੋ ਆਲੂ ਅਸੀਂ ਸੁੱਕਣ ਹੀ ਨਹੀਂ ਦਿੰਦੇ, ਗਿੱਲੇ ਗਿੱਲੇ ਜਿਹੇ 'ਚ ਚਾਰ ਪਾਣੀ ਲੱਗ ਗਿਆ, ਇਹ ਆਲੂਆਂ 'ਚ ਚਾਰ ਪਾਣੀ ਦੇ ਨੇੜੇ ਲੱਗ ਚੁੱਕੇ ਆ। ਫਿਰ ਦੇਖ ਲਓ ਗਿੱਲੇ ਦਾ ਗਿੱਲਾ ਪਿਆ ਖਤ, ਆਲੂਆਂ ਨੂੰ ਕਦੇ ਵੀ ਸੁੱਕਣ ਨਾ ਦੇਵੋ, ਠੀਕ ਨਹੀਂ। ਤੁਸੀਂ ਦੇਖ ਲਓ ਵੀ ਇਹਨਾਂ 'ਤੇ ਕੋਈ ਵੀਰੇ ਸਪਰੇਅ ਨਹੀਂ ਕਰੀ। ਅੱਜ ਪਹਿਲਾ ਦਿਨ ਆ, ਪਹਿਲੇ ਦਿਨ ਉਹ ਕਰ ਰਹੇ ਹਾਂ M45। ਵਾਰ ਵਾਰ ਮੈਂ ਰਿਪੀਟ ਕਰ ਰਿਹਾ, ਜਿਹੜੇ ਵੀਰ ਨੇ ਤਾਂ ਪਾਉਣੀ ਉਹ ਪਾ ਸਕਦਾ, ਨਹੀਂ ਤਾਂ ਵੀਰੇ ਆਪਦੀ ਤੁਹਾਡੀ ਮਰਜ਼ੀ ਆ। ਆਪਾਂ ਕਿਸੇ ਨੂੰ ਅਪਰੋਚ ਨਹੀਂ ਕਰਦੇ ਕਿ ਆਹ ਦਵਾਈ ਪਾਓ ਆਹ ਦਵਾਈ ਪਾਓ, ਹੈ ਨਾ। M45 ਅੱਧਾ ਕਿਲੋ, ਕਿਲੋ ਮੈਂ ਪਾਇਆ ਜਿੰਕ ਵੀਰੇ, ਜਿਹੜਾ ਮਰਜ਼ੀ ਜਿੰਕ ਯੂਜ਼ ਕਰ ਸਕਦੇ ਹੋ, ਚਾਹੇ ਲਿਕੁਇਡ ਕਰ ਲਓ। ਮੈਂ ਲਿਕੁਇਡ ਨਹੀਂ ਕਰਦਾ, ਮੈਂ ਦੂਜਾ ਹੀ ਕਰ ਦਿੰਦਾ ਜਿਹੜਾ ਚਲੇਟਣ ਦਾ। ਅਤੇ ਨਾਲ 125 ਗ੍ਰਾਮ ਪਾਈ ਆ ਤੇਲੇ ਵਾਲੀ ਦਵਾਈ, ਜਿਹੜੀ ਲਾਲ ਹੁੰਦੀ ਆ ਥਾਇਆ ਕਹਿ ਦਿੰਦੇ, ਅਤੇ ਕਿਲੋ ਯੂਰੀਆ। ਅਤੇ ਦੇਖ ਲਓ ਫਸਲ ਅੱਜ ਪਹਿਲੇ ਦਿਨ ਸਪਰੇਅ ਕਰਨ ਲੱਗਿਆ, 25 ਕਿਲੋ ਇਹਨੂੰ ਯੂਰੀਆ ਲੱਗਿਆ ਇੱਕ ਸਿਰਫ, ਅਤੇ ਇੰਨੀ ਟੌਪ ਦੀ ਫਸਲ ਖੜੀ ਆ। ਸੱਚੀ ਸਪਰੇਅ ਕਰਨ ਦਾ ਨਾ ਇੰਨਾ ਸਵਾਦ ਆਉਂਦਾ ਵਾ, ਬੰਦਾ ਉੱਤੇ ਬੈਠਾ ਨਾ ਬੰਦਾ ਖੁਸ਼ ਹੀ ਹੋਇਆ ਰਹਿੰਦਾ ਵੀ ਜੇ ਆਪਾਂ ਆਪ ਸਪਰੇਅ ਕਰ। ਮੈਂ ਅੱਗੇ ਆਪ ਹੀ ਕਰੀ ਆ ਸਾਰੀ ਪਿਛਲੇ ਸਾਲ, ਹੁਣ ਵੀ ਅਜੇ ਕਣਕ ਉਣਕ ਨਹੀਂ, ਉਹ ਝੋਨਾ ਵੱਢਣ ਨੂੰ ਵਿਹਲੇ ਨਹੀਂ ਹੋਏ ਹੈਗੇ। ਜਦੋਂ ਵਿਹਲੇ ਹੋ ਗਏ ਆਪਾਂ ਆਪ ਹੀ ਕਰ ਲਿਆ ਕਰਨੀ ਹੈ, ਜੇ ਇਹ ਮੁੰਡਾ ਚਲੇ ਗਿਆ, ਜੇ ਹੋਊਗਾ ਤਾਂ ਕਰ ਲਿਆ ਕਰੋ, ਨਹੀਂ ਕੋਈ ਨਹੀਂ, ਆਪਾਂ ਨੂੰ ਕੁਛ ਫਰਕ ਨਹੀਂ ਪੈਂਦਾ। ਸਮਾਂ 'ਤੇ ਜੀ ਲੱਗਿਆ ਰਹਿੰਦਾ ਬੰਦੇ ਦਾ ਨਾ, ਨਾਲੇ ਫਸਲ ਸਾਰੀ ਦਿਖਦੀ ਆ ਆਪਾਂ ਨੂੰ ਵੀ ਆਪਣੀ ਫਸਲ ਕਿਵੇਂ ਹੈਗੀ ਆ, ਸਾਰੀ ਫਸਲ ਦੇ ਉੱਤੇ ਗੇੜਾ ਆ ਜਾਂਦਾ ਆਪਣੇ ਆਪ ਦੀ ਫਸਲ 'ਤੇ। ਅਤੇ ਬਾਕੀ ਤੁਸੀਂ ਵੀ ਦੱਸਿਓ ਦੇਖ ਕੇ ਵੀ ਫਸਲ ਆਪਣੀ ਕਿਵੇਂ ਆ ਵੀਰੇ। ਇਹਨੂੰ ਇੱਕੋ ਹੀ ਯੂਰੀਆ ਪਿਆ ਹਜੇ ਤੱਕ, ਦੇਖ ਲਓ ਕਿਸੇ ਚੀਜ਼ ਦੀ ਲੋੜ ਹੈਗੀ ਆ, ਤੁਸੀਂ ਆਪਣੇ ਆਪ ਦੱਸ ਦਿਓ ਵੀ ਆਪਾਂ ਇਹਨੂੰ ਤਾਕਤ ਵਾਲੀਆਂ ਪਾਈਏ, ਬੇਲਾਂ ਤੋਂ ਕੁਛ ਹੋਰ ਪਾਈਏ, ਕੀ ਕਰਨ ਨੂੰ ਪਾਉਣਾ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਹੁੰਦੀ, ਠੀਕ ਨਹੀਂ, ਵੀ ਕੀ ਪਾਉਣਾ ਹੁਣ ਇਹਨੂੰ। ਜੇ ਹੁਣ ਆਪਾਂ ਕਿਸੇ ਨੂੰ ਕਹੀਏ ਵੀ ਯਾਰ ਅਸੀਂ ਇਹਤੇ ਆਹ ਪਾਉਣਾ ਆਹ ਪਾਉਣਾ, ਅਤੇ ਪਾਲੇ ਪਾ ਕੇ ਵੀ ਇੰਨਾ ਆਹੀ ਕੁਛ ਹੋਣਾ ਵੀਰੇ, ਖਰਚਾ ਕਰਕੇ ਖਰਚਾ ਕਰੇ ਤੋਂ ਬਿਨਾਂ ਵੀ ਇਹੀ ਕੁਛ ਹੋਣਾ, ਠੀਕ ਨਹੀਂ। ਉਹਦੇ ਨਾਲ ਤਾਂ ਸਹੀ ਹੈ ਕਿ ਆਪਾਂ ਆਪਦੀ ਫਸਲ 'ਤੇ ਨਹੀਂ, ਬੀਜ ਦਾ ਵਧੀਆ ਹੋਵੇ, ਬੀਜ ਸਾਰਾ ਕੁਛ ਬਸ, ਹੋਰ ਆਪਾਂ ਨੂੰ ਕੁਛ ਨਹੀਂ ਚਾਹੀਦਾ। ਆਪਣਾ ਸੀਡ ਵਧੀਆ ਹੋਣਾ ਚਾਹੀਦਾ ਬਸ, ਸੀਡ ਵਧੀਆ ਵਾ ਤਾਂ ਸਾਰਾ ਕੁਛ ਓਕੇ ਆ, ਕੋਈ ਕਿਸੇ ਚੀਜ਼ ਦੇ ਕੋਈ ਪ੍ਰੋਬਲਮ ਨਹੀਂ ਆਉਂਦੀ। ਅਤੇ ਸਾਰੀਆਂ ਚੀਜ਼ਾਂ ਪੂਰੀਆਂ ਵਧੀਆ ਹੁੰਦੀਆਂ, ਕੋਈ ਵੀ ਦਿੱਕਤ ਨਹੀਂ ਆਉਂਦੀ। ਬਸ ਦੇਖ ਲਓ ਘਾਹ ਘੂਹ ਸਾਰਾ ਖਤਮ ਆ, ਇਕੱਲਾ ਸਿਰਫ ਜਿੱਥੇ ਕਿਤੇ ਆ ਖਾਲ ਦੇ ਵਿੱਚ ਚੌਲ ਹੋਇਆ ਵਾ, ਅਤੇ ਊਂ ਹੋਰ ਕੋਈ ਵੀ ਘਾਹ ਨਹੀਂ, ਕੋਈ ਵੀ ਜਿਹੜਾ ਨੁਕਸਾਨ ਦੇਵੇ ਆਪਣੇ ਫਸਲ ਨੂੰ ਵੀ ਫਸਲ ਤੋਂ ਉੱਪਰ ਨਿਕਲੇ, ਸਾਰਾ ਪੂਰਾ ਵਧੀਆ ਵਾ। ਸਪਰੇਅ ਦਾ ਕੰਮ ਹੁੰਦਾ ਹੀ ਬਹੁਤ ਆ। ਕੱਲ੍ਹ ਕੱਖਾਂ ਵਾਲੀ ਸੀਗੀ, ਕੱਲ੍ਹ ਦੇਖ ਲਓ ਇਹਨੇ ਕਰਿਆ 23 ਕਿੱਲੇ ਇੱਕ ਕਰਿਆ, 8 ਕਿੱਲੇ ਇੱਕ ਕਰਿਆ, ਅਤੇ ਯਾਨੀ ਕਿ 23 ਤਾਂ ਹਾਂ 40 ਕੁ ਕਿੱਲਿਆਂ ਦੇ ਨੇੜੇ ਸਪਰੇਅ ਕਰਕੇ ਆਇਆ ਕੱਲ੍ਹ ਆ ਕੱਖਾਂ ਵਾਲੀ, ਹੈ ਨਾ। ਅਤੇ ਦੇਖ ਲਓ ਫਿਰ ਇਕੱਲਾ ਬੰਦਾ ਸੀਗਾ, ਮੋਟਰਾਂ 'ਤੇ ਲਾਈਟ ਸੀਗੀ, ਆਰਾਮ ਨਾਲ ਆਪਦਾ ਮੁਕਾਇਆ ਸਾਰੀ ਸਬਜ਼ੀ। ਕਿੰਨਾ ਕੀ ਕਿਤੇ ਔਖਾ ਲੱਗਦਾ, ਬਿਲਕੁਲ ਹੀ ਨਹੀਂ ਕੋਈ ਗੱਲਾਂ ਦਾ ਔਖਾ ਲੱਗਦਾ। ਅੱਜ ਰੂੜੀ ਚੱਕਣ ਦਾ ਕੰਮ ਵੀ ਕਰਾਇਆ ਵਾ, ਨਾਲ ਆਹ ਆਲੂ ਉਲੂ ਚੱਕਿਆ ਜੋ ਸਾਰਾ, ਉੱਥੇ ਖੱਤੇ 'ਚ ਪਾ ਦਾਂਗੇ ਰੂੜੀ, ਨਾਲ ਇਹੋ ਜਿਹੀ ਜਗ੍ਹਾ ਖਾਲੀ ਆ, ਫਿਰ ਉੱਧਰ ਬਾੜੀ ਲੱਗ ਜਾਣੀ ਆ। ਆਪਾਂ ਤਾਂ ਹਮੇਸ਼ਾ ਇਹ ਤੋਂ JCB 'ਤੇ ਚੁਕਾ ਦਿੰਦੇ ਹਾਂ ਰੂੜੀ, ਉੱਥੇ ਉਹਨੇ ਲੈਫਟ ਚੱਕ ਦੇਣੀ ਆ, ਉੱਥੇ ਕਰਾਹ ਨਾਲ ਜਾਂ ਸੁਹਾਗੇ ਨਾਲ ਖਿਲਾਰੇ ਉਹਨੇ ਜਾ ਕੇ। ਇਹਨਾਂ ਦੀਆਂ ਟਰਾਲੀਆਂ ਹੁੰਦੀਆਂ, ਇਹਨਾਂ ਦੀ ਮਸ਼ੀਨ ਆ, ਜੇ ਅਸੀਂ ਵੀ ਆਪਦੀਆਂ ਟਰਾਲੀਆਂ ਨਹੀਂ ਲਪੇੜਦੇ। ਮੈਂ ਕਿਹਾ ਚੱਲ ਕੰਬਾਈਨ ਵਾਲਿਆਂ ਨੇ ਲਾਤਾ ਆਉਣਾ ਵੀ ਮੈਂ ਹਜੇ ਨਹੀਂ ਜਾਣਾ ਖੱਤੇ 'ਚ, ਹੈ ਨਾ, ਵੀ ਠਹਿਰ ਕੇ ਜਾਊ, ਪਰ ਮੈਨੂੰ ਕੀ ਪਤਾ ਸੀ ਆਉਣ ਸਾਰ ਪਹਿਲਾਂ ਹੀ ਮਸ਼ੀਨ ਦੱਸੋ ਦੇ ਪਏ। ਮਗਰ ਨੂੰ ਦੌਰ ਹਾਵਲ, ਓਏ ਹਾਵਲ ਹਾਵਲ ਮਗਰ ਨੂੰ ਦੌਰ ਟ੍ਰੈਕਟਰ। ਇੱਥੇ ਨਾ ਆਲੂਆਂ ਨੂੰ ਪਾਣੀ ਲੱਗਦਾ ਸੀ, ਇਹ 'ਚੋਂ ਖੁੱਡ ਪੈ ਕੇ ਗਿੱਲਾ ਕਰਿਆ ਹੋਇਆ।
हाँ भाजी अपना पूछा इतने अपने 22-23 किले सारा अपना ही पूछा खड़ा जिन्ना दिन पीला पीला चमकदा ना वो नहर के सफेदियां तक ये लगे पूरा अगेत्या च दिलो झोना पक गया सारा तो लाण हरा पिया पूछा दे ये देना चाहिए 40 क्विंटल का हॉल पहले ही पै दो देना तो वाहेगुरु नूं आ पता नहीं किन्ना क देना मशीन दे यार चक्कर हौली लग दे मैं तो लगा दाने पाउन लगे तो बाद रेस करी नहीं बनता बड़ी हौली लग रही है चल इतने आप सारे कणक बीजनी है सारी कणक बीजनी पलाऊ करके क्योंकि इतने ना कणक होंगी खराब पानी खड़ता बहुत ज्यादा कणक होंगी खराब आप सारे खत्तियां इतने पलाऊ करके बीज रेत घट नहीं लगती रेत एक होर भी सच गल सी जिवें हुण कई ना वड्डियां ट्रालियां छोटे ट्रैक्टर मगर पा के ले निकल जांदियां जां वीरे जिहड़े बिना पलाऊ तो खत्ते आ ना उहनां च ट्राली सानूं तां डर ही नहीं हैगा चाहे साड़ी वड्डी आ चाहे छोटी आ उह फसदी नहीं पलाऊ वाले बिना पलाऊ वाले खत्तियां च क्योंकि उह दबदी नहीं देख लो किवें हरा कचार पिया पूछा झोना आ देख लो किवें पिया सारा एन पूरा वधिया एवं खड़े इतने 20-22 किले आलिया का दरख्त उधर जी मोटर से भी लग्या होया ओले तोड़ लिया इसी सारा चार पाता घरे इतों है पर इतों लै गए झाड़ के बहुत ये तो पूरा फुल भरया पिया झाड़ लिया इन कि सोहना लगता बहुत सोहना लगता दरख्त तो यानी कि कई वीर कह देंगे ना कि ए करके भी ट्राली भीरे बिना पलाऊ वाले खत्तियां ट्राली धसदी नहीं धसदी भी आ माड़ी जी बह के बंद हो जाती है बस थोड़ी जी बैठूगी ठीक हो जाए इन्ना फर्क है वह ट्राली का है ना तो इस चक्कर दे विच हुंदा कि सानू तो डर ही नहीं लगता बिना पलाऊ वाले खत्तियां तो जिहड़े पलाऊ वाले खत्तियां उत्थे जरूर उत्थे टक्करां मारनियां पैंदियां जरूर उत्थे धसदी आ ट्राली असली तां उत्थे सीधी जांदी नहीं ट्राली भी उत्थे बाहर निकल अग लाती यार फिर खेत जिहड़े च अग लाई है ना वह खेत झोना अपना हों कणक उन्होंने बीजनी होंगी जिन्हों की जमीन हूँ आप कह सकते उन्होंने अगले को है ना जब जिन्हें अग ही लाइनी है आ अंकल होनी है साढ़े को चलता घोड़िया वाले लगता कद गोल्डन स्टड फार्म के नौ तो इन्हों का पेज आ अपने अंकल होनी ही है इन्होंने दिलों सारिया गठा बनाईया ये भी 50-60 किले आलू लाते सारिया गठा बना के फिर आलू लाते पलाऊ नहीं करते तो मैं तो बहुत कहना हूं भी अंकल पलाऊ कर लो आ ट्रैक्टर चलद जाऊंडियर इन्होंने तो पर पलाऊ नहीं करते तो चलो गठा बना के आलू लाते सारा दिल जब सोच लिया बंदे ने ना भी अग नहीं लानी तो नहीं लानी कि वधिया पर आ बंद गलत गल है अग लाते जोड़े बंदे एक झोना तो अपना ही बीजा है जी अपना ही बढ़िया झोना पर हम की कह सकते उन्होंने हैलो हाँ देख लो बिना पलाऊ वाले तो आप ही शेर बने फिरते रहते छोटे ट्रैक्टर भी
अज ये ट्रैक्टर की बारी आई हुई है। ये हाई स्पीड आ चक्कर ये अगे खाल पाउण ते हुंदा ट्रैक्टर ਜਿਹਨਾਂ ਖਾਲ ਹੀ ਪੈਂਦੇ ਆ ਅਤੇ ਪੱਕਾ ਆਪਣੇ ਸਰੋਜ ਨੂੰ ਦਿੱਤਾ ਹੋਇਆ ਉਹਦੇ ਬੱਟਾ ਵੜਦਾ ਫਿਰਦਾ ਥੱਲਿਓਂ ਇਹ ਪ੍ਰਧਾਨ ਮੰਤਰੀ ਆ ਇਹ ਟਰੈਕਟਰ ਦਾ ਬੱਟਾ ਪਾਉਣ ਦਾ ਖਾਲ ਪਾਉਣ ਦਾ ਸਾਰਾ ਕੰਮ ਉਹਦਾ ਬੰਦੇ ਛੱਡਣੇ ਬੰਦੇ ਲੈ ਕੇ ਜਾਣੇ ਉਹਦੀ ਡਿਊਟੀ ਉਹਨੂੰ ਹੋਰ ਕੋਈ ਕੰਮ ਨਹੀਂ ਕਰੀ ਉਹਨੇ ਇਹੀ ਚੀਜ਼ਾਂ ਸਾਂਭਣੀਆਂ ਬਸ ਅਜੇ ਵੀ ਯਾਰ ਦਾਣਾ ਨਰਮ ਆਉਂਦਾ ਦੇਖ ਲੈ ਖਾਲ ਊਂ ਦਾਣਾ ਸੁੱਕਾ ਪਿਆ ਵਾ ਯਾਰ ਪੱਕਦਾ ਕਾਹਤੋਂ ਨਹੀਂ ਪੂਛਾ ਝੋਨਾ ਕਦੋਂ ਪੱਕਣਾ ਮਹਾਰਾਜ ਜੀ ਤੁਸੀਂ ਕਦੋਂ ਪੱਕਣਾ ਪੱਕ ਜਿਹਾ ਕਰੋ ਨਹੀਂ ਤਾਂ ਗਈ ਤੁਹਾਡੀ ਜ ਉਮਰ ਖਤਮ ਹੋ ਗਈ ਬੈਨ ਹੋ ਗਏ ਤੁਸੀਂ ਪੰਜਾਬ 'ਚ ਆ ਵੇਖ ਲਓ ਕਿਵੇਂ ਹਰਾ ਪਿਆ ਦਾਣੇ ਵੀ ਹਰੇ ਨਹੀਂ ਤਾਂ ਬੈਨ ਹੋ ਗਏ ਤੁਸੀਂ ਪੰਜਾਬ ਦੇ ਵਿੱਚ ਗਿਆ ਤੁਹਾਡਾ ਟਾਈਮ ਕਿੰਨੀਆਂ ਕਿੰਨੀਆਂ ਲਾਟਾਂ ਨਿਕਲਦੀਆਂ ਯਾਰ ਔਖਾ ਲੱਗਦਾ ਹੈ ਅੱਗ ਦੇਖ ਕੇ ਕਹਿਤਾ ਵੀ ਭਾਈ ਸਾਡੇ ਖੱਤੇ 'ਚ ਨਾ ਅੱਗ ਆਵੇ ਨਾਲ ਹੀ ਖੱਤਾ ਲੱਗਦਾ ਨਾ ਬੰਨੇ ਦੇ ਨਾਲ ਬੰਨਾ ਆਪਣਾ ਮੈਂ ਕਿਹਾ ਭਾਈ ਯਾਰ ਸਾਡੇ ਖੱਤੇ 'ਚ ਨਾ ਅੱਗ ਲਾ ਵੀ ਅਸੀਂ ਤਾਂ ਲਾਉਣੀ ਨਹੀਂ ਆਪਾਂ ਕਣਕ 'ਚ ਤਾਂ ਕਦੇ ਅੱਗ ਲਾਈ ਨਹੀਂ ਪਰ ਪਹਿਲਾਂ ਹੀ ਵਾਅਦਾ ਹੀ ਦਿਆ ਲੋਕਾਂ ਦੇ ਅੱਗਾਂ ਲਾਉਣ ਤੋਂ ਵੀ ਸਾਡੇ ਖੱਤੇ ਮੱਚਣੀ ਨਾ ਕਿਉਂਕਿ ਆਪਾਂ ਰੌਣੀ ਨਹੀਂ ਕਰਦੇ ਨਾ ਰੌਣੀ ਕਰਨ 'ਤੇ ਸੌਖਾ ਰਹਿੰਦਾ ਕੰਮ ਦਿਲ ਨੂੰ ਇੰਨੀ ਕੁ ਖੁਸ਼ੀ ਹੁੰਦੀ ਆ ਨਾ ਜਦੋਂ ਕੋਈ ਵੀ ਵੀਰੇ ਇਹ ਮੈਸੇਜ ਕਰਦਾ ਜਾਂ ਕਾਲ ਕਰਦਾ ਕਿ ਵੀਰੇ ਯਾਰ ਅਸੀਂ ਨਾ ਤੁਹਾਡੇ ਕਰਕੇ ਅੱਗ ਨਹੀਂ ਲਾਈ ਹੈਗੀ ਤੁਹਾਡੀਆਂ ਵੀਡੀਓ ਦੇਖ ਦੇਖ ਕੇ ਨਾ ਮੈਨੂੰ ਬਹੁਤ ਵੀਰਾਂ ਦੇ ਮੈਸੇਜ ਫੋਨ ਆਉਂਦੇ ਆ ਫੋਨ ਵੀ ਆਉਂਦੇ ਆ ਸਪੈਸ਼ਲੀ ਕਿ ਵੀਰੇ ਅਸੀਂ ਅੱਗ ਨਹੀਂ ਲਾਈ ਸਾਡਾ ਪਲਾਓ ਐਵੇਂ ਸੈੱਟ ਕਰਵਾ ਦਿਉ ਵੀਡੀਓ ਕਾਲਾਂ ਵੀ ਆਉਂਦੀਆਂ ਇੱਥੋਂ ਤੱਕ ਹੈ ਨਾ ਅਤੇ ਜਾਣੀ ਕਿ ਮਨ ਨੂੰ ਖੁਸ਼ੀ ਹੁੰਦੀ ਆ ਕਿ ਹਾਂ ਯਾਰ ਵੀ ਚਲੋ ਜੇ ਮੈਂ ਵੀਡੀਓ ਪਾਈ ਆ ਤਾਂ ਕਿਸੇ ਵੀਰ ਨੇ ਉਹਨੂੰ ਉਹ ਲੈ ਲਿਆ ਵੀ ਹੈ ਨਾ ਵੀ ਦੇਖਿਆ ਦੇਖ ਕੇ ਉਹ ਤੋਂ ਲੱਗਿਆ ਜੇ ਕਿਸੇ ਨੂੰ ਸੌਖਾ ਲੱਗਿਆ ਤਾਂ ਹੀ ਉਹ ਵੀਡੀਓ ਦੇ ਕੰਮ ਕਰਿਆ ਨਾ ਵੀਡੀਓ ਨੇ ਅਤੇ ਬਹੁਤ ਵਧੀਆ ਲੱਗਦਾ ਕਿ ਜਦੋਂ ਕੋਈ ਵੀਰ ਇਹ ਗੱਲ ਕਹਿੰਦਾ ਕਿ ਹਾਂ ਵੀਰੇ ਵੀ ਉਹ ਵੀ ਅਸੀਂ ਪੜਾਓ ਫੇਰ ਲਿਆ ਜਾਂ ਕੋਈ ਕਹਿੰਦਾ ਵੀਰੇ ਅਸੀਂ ਵਿੱਚੀ ਵਾ ਅਤੇ ਵੀਰੇ ਦੇਖੋ SMS ਨਾਲ ਨਾ ਜੇ ਆਪਾਂ ਕੰਬਾਈਨ ਮੈਨੂੰ ਇਹ ਵੀ ਪਤਾ ਵਾ ਵੀ ਕਈ ਏਰੀਆ 'ਚ ਨਾ ਕੰਬਾਈਨਾਂ ਦੇ SMS ਲੱਗਦੇ ਹੀ ਨਹੀਂ ਬਹੁਤ ਵੀਰਾਂ ਦੇ ਅੰਬਰਸਰੋਂ ਵੀ ਵੀਰਾਂ ਦੇ ਫੋਨ ਆਉਂਦੇ ਆ ਹੋਰ ਵੀ ਕਈ ਏਰੀਆ ਉੱਥੇ SMS ਹੈ ਹੀ ਨਹੀਂ ਕੰਬਾਈਨ 'ਤੇ ਵੀਰੇ ਸਾਡੇ ਏਰੀਏ 'ਚ ਤਾਂ SMS ਲੈਂਦਾ ਹੀ ਨਹੀਂ ਸਾਡੇ ਪਿੰਡ ਦੇ ਵਿੱਚ ਜੋਧਾ ਪਿੰਡ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਅਸੀਂ 10 ਤੋਂ 15 ਕਿੱਲੇ ਵੱਢੇ ਹੋਣਗੇ ਬਿਨਾਂ SMS ਤੋਂ ਆਪਾਂ ਆਪਦੇ ਵੱਢ ਕੇ ਆਏ ਹਾਂ 40 ਕਿੱਲੇ ਜਿਹੜੇ ਉੱਥੇ ਸੀਗੇ ਹੀਰਾਂ ਆਪਣੇ ਉਹ ਵੱਡੇ ਆ ਬਿਨਾਂ SMS ਤੋਂ ਨਹੀਂ ਮੈਨੂੰ ਨਹੀਂ ਲੱਗਦਾ ਇੱਥੇ ਅਸੀਂ ਜੋਧਾ ਪਿੰਡ ਦੇ ਵਿੱਚ ਕਿਸੇ ਦੇ 10-12 ਕਿੱਲੇ ਵੀ ਵੱਢ ਹੋਏ ਹੋਣਗੇ ਹਾਂ ਹੋਇਆ ਟਾਵਾਂ ਟੱਲਾ ਕਿਸੇ ਨੇ ਇੱਕ ਅੱਧੇ ਨੇ ਵਢਾਇਆ ਹੋਵੇ ਨਹੀਂ ਹਰੇਕ ਦੇ SMS ਲੱਗ ਕੇ ਹੀ ਵੱਢਦੇ ਆ ਸਾਡੇ ਏਰੀਏ 'ਚ ਚੱਲਦੀਆਂ ਹੀ ਕੰਬਾਈਨਾਂ SMS ਵਾਲੀਆਂ ਨੇ ਅਤੇ ਨੰਬਰ 2 'ਤੇ ਅਸੀਂ ਵੀਰੇ ਯਾਰ ਜਿਵੇਂ ਆਪਾਂ ਕਣਕ ਬੀਜਣੀ ਹੈ ਨਾ SMS ਨਾਲ ਵੱਢ ਕੇ ਸੁਪਰ ਸੀਡਰ ਨਾਲ ਜਿਵੇਂ ਮਰਜ਼ੀ ਕਣਕ ਬੀਜ ਦਿਉ ਮੂਹਰੇ ਵਾਲੀ ਗੱਲ ਇੱਕ ਵਾਰ ਰੋਟਾਵੇਟਰ ਨਾਲ ਵਾਹ ਲਓ ਜੇ ਜਾਣੀ ਕਿ ਵਧੀਆ ਬੀਜਣੀ ਹੈ ਇੱਕ ਵਾਰ ਮੂਹਰੇ ਰੋਟਾਵੇਟਰ ਨਾਲ ਵਾਹ ਕੇ ਜਿਵੇਂ ਮਰਜ਼ੀ ਕਣਕ ਬੀਜ ਲਓ ਵੀਰੇ SMS ਨਾਲ ਉਹਦੇ ਨਾਲ ਸੁਪਰ ਸੀਡਰ ਨਾਲ ਜਹਾਂ ਜਿਵੇਂ ਹੁਣ ਇੱਕ ਅੰਕਲ ਹੋਣੀ ਆ ਸਾਡੇ ਪਿੰਡ ਇੱਥੋਂ ਉਹਨਾਂ ਦੇ ਅਸੀਂ ਵੱਢਦੇ ਹਾਂ ਦੇਖੋ ਉਹਨਾਂ ਨੇ SMS ਨਾਲ ਸਾਰੀ ਕਣਕ ਵਢਾਈ ਆ ਨਾਲੇ ਪੂਛਾ ਝੋਨਾ ਵੀ ਸੀ 110 ਵੀ ਸੀ ਕਈ ਵੀਰ ਮੈਸੇਜ ਬਿਜਲੀ ਪੂਛਾ ਵੀ ਸੀ ਹੈ ਨਾ ਉਹ ਬਿਲਕੁਲ ਅੱਗ ਨਹੀਂ ਲਾਉਂਦੇ SMS ਨਾਲ ਵਢਾਈ ਉਹਨਾਂ ਨੇ SMS ਨਾਲ ਵਢਾ ਕੇ ਮੂਹਰੇ ਇੱਕ ਵਾਰ ਤਵੀਆਂ ਜਿਹੀਆਂ ਫੇਰਤੀਆਂ ਚਾਹੇ ਜਿੰਨੀਆਂ ਕੁ ਲੱਗੀਆਂ ਨਹੀਂ ਲੱਗੀਆਂ ਨਾਲੇ ਹਲਕੀਆਂ ਤਵੀਆਂ ਉਹਨਾਂ ਕੋਲ 18 ਦਾ ਸੈੱਟ ਅਤੇ ਤਵੀਆਂ ਫੇਰ ਕੇ ਉੱਤੇ ਰੋਟਾਵੇਟਰ ਨਾਲ ਸਿੱਧੀ ਕਣਕ ਬੀਜਤੀ ਬਹੁਤ ਵਧੀਆ ਕਣਕ ਹੁੰਦੀ ਆ ਹਰੇਕ ਸਾਲ ਉਵੇਂ ਹੀ ਬੀਜਦੇ ਆ ਕਣਕ ਹੈ ਨਾ ਅਤੇ ਜਿਹੜੇ ਵੀਰਾਂ ਨੇ ਕਰਨਾ ਹੈ ਨਾ ਕਿ ਕਈ ਵੀਰ ਮੈਨੂੰ ਐਂ ਵੀ ਕਮੈਂਟ ਕਰ ਦਿੰਦੇ ਆ ਕਰਦੇ ਆ ਵੀ ਵੀਰੇ ਤੁਹਾਡੇ ਕੋਲ ਸੰਦ ਵੱਡੇ ਆ ਸਾਡੇ ਕੋਲ ਸੰਦ ਛੋਟੇ ਆ ਜਾਂ ਫਲਾਨਾ ਅਤੇ ਇਹੋ ਜਿਹੀਆਂ ਗੱਲਾਂ ਕਰ ਦਿੰਦੇ ਹੈ ਨਾ ਯਾਰ ਵੀਰੇ ਸੰਦਾਂ ਨਾਲ ਤਾਂ ਯਾਰ ਸੰਦ ਹੋਣਾ ਇਹ 'ਚ ਹੋਰ ਕਿੱਡਾ ਚਾਹੀਦਾ ਸੁਪਰ ਸੀਡਰ ਨਾਲ ਤਾਂ ਆਪਾਂ ਪਹਿਲਾਂ ਹੀ ਕਿਰਾਏ 'ਤੇ ਵਜਾ ਰਹੇ ਹਾਂ
ਉਹਦੇ ਮੂਹਰੇ ਤੁਸੀਂ ਤਵੀਆਂ ਨਾਲ ਵਾਹ ਦਿਓ। ਤਵੀਆਂ ਤਾਂ ਆਪਾਂ ਮੈਲੀ ਜਾਂਦੇ ਹਾਂ, ਊਂ ਵੀ ਤਾਂ ਤਵੀਆਂ ਨਾਲ ਪੱਗ ਲਾ ਕੇ ਵੀ ਤਾਂ ਤਵੀਆਂ ਨਾਲ ਤਿਆਰ ਕਰਦੀ ਸੀ, ਠੀਕ ਨੀ? ਛੋਟੇ ਟਰੈਕਟਰ ਨਾਲ ਹੀ ਤਵੀਆਂ ਨਾਲ ਵਾਹ ਦਿਓ। ਅੱਗ ਲਾਉਣਾ ਤਾਂ ਹੈ ਹੀ ਨੀ, ਸੁਪਰ ਸੀਡਰ ਤਾਂ ਆਪਾਂ ਫਿਰ ਵੀ ਕਿਰਾਏ ਤੇ ਕਣਕ ਬਜਾਉਂਦੇ ਹਾਂ ਨਾ, ਕਿਰਾਏ ਤੇ ਬੀਜਦੇ ਸਾਰੇ ਵੀਰ ਜਿਨ੍ਹਾਂ ਕੋਲ ਸੁਪਰ ਸੀਡਰ ਨਹੀਂ ਹੈਗੇ ਉਹ ਕਿਰਾਏ ਤੇ ਬਜਾਉਂਦੇ। ਸਾਡੇ ਕੋਲ ਹੈ ਨੀ ਸੁਪਰ ਸੀਡਰ, ਅਸੀਂ 2 ਸਾਲ ਕਿਰਾਏ ਤੇ ਥੋੜ੍ਹੀ ਥੋੜ੍ਹੀ ਬਜਾਈ ਹੈ, 3-3 ਕਿੱਲੇ 4-4 ਕਿੱਲੇ, ਪਰ ਸਾਨੂੰ ਪਸੰਦ ਨਹੀਂ ਆਈ ਹੈਗੀ, ਤਾਂ ਕਰਕੇ ਹੁਣ ਅਸੀਂ ਉੱਥੇ ਤਾਂ ਗੱਠਾ ਮੰਨ ਲੈਣੀ, ਉਹ ਕਹਿੰਦੀ ਚੱਕ ਕੇ ਲੈ ਜਾਵਾਂਗੇ। ਤੇ ਜਿਹੜਾ ਇੱਥੇ ਕੰਮ ਆ ਇਹ ਅਸੀਂ ਪੜਾਓ ਫੇਰਨਾ, ਜਿੱਥੇ ਅੱਜ ਆਹ ਵੱਢਣ ਲੱਗੇ ਹੋਏ ਹਨਾ, ਇੱਥੇ ਸਾਰੇ ਏਰੀਏ 'ਚ ਇੱਥੇ ਪੜਾਓ ਹੀ ਫੇਰਨਾ, ਆਪਾਂ ਇੱਥੇ ਪੜਾਓ ਤੋਂ ਬਿਨਾਂ ਆਪਾਂ ਕਰਨਾ ਹੀ ਨਹੀਂ ਕੁਛ। ਅਤੇ ਇਹੋ ਜਿਹੀ ਗੱਲ ਯਾਰ, ਕੋਈ ਔਖਾ ਹੀ ਨਹੀਂ ਲੱਗਦਾ ਵੀਰੇ, ਵੀ ਕੋਈ ਵੀ ਚੀਜ਼ 'ਤੇ ਦਿੱਕਤ ਆਉਂਦੀ ਹੋਵੇ ਬਿਲਕੁਲ ਹੀ ਨਹੀਂ, ਮਨ ਹੀ ਨਹੀਂ, ਇਹ ਹੀ ਨਹੀਂ ਹੁੰਦਾ ਹੀ ਨਹੀਂ, ਆਰਾਮ ਨਾਲ ਪੂਰਾ ਵਧੀਆ ਕੰਮ ਹੋ ਜਾਂਦਾ, ਕੁਛ ਔਖਾ ਹੀ ਨਹੀਂ ਲੱਗਦਾ ਬਿਲਕੁਲ ਵੀ। ਅਤੇ ਇੱਕ ਵੀਰਾਂ ਦਾ ਬਹੁਤ ਇਹ ਸਵਾਲ ਹੁੰਦਾ ਕਿ ਵੀਰੇ ਤੁਸੀਂ ਤਾਂ ਸਾਰੇ ਟਰੈਕਟਰ ਯੂਜ਼ ਕਰਦੇ ਹੋ, ਕਿਹੜਾ ਵਧੀਆ? ਵੀਰੇ ਦੇਖੋ, ਮੈਂ ਤਾਂ ਇੱਕੋ ਹੀ ਗੱਲ ਕਹਿੰਦਾ ਹੁੰਦਾ ਹਰੇਕ ਵੀਰ ਨੂੰ, ਵੀ ਵੀਰੇ ਜਿਹੜਾ ਤੁਹਾਡੇ ਦਿਲ ਨੂੰ ਲੱਗਦਾ ਟਰੈਕਟਰ ਉਹ ਲਵੋ, ਕਿਸੇ ਦੇ ਕਹਿਣ 'ਤੇ ਕੋਈ ਟਰੈਕਟਰ ਨਾ ਲਵੋ, ਜਿਹੜਾ ਤੁਹਾਨੂੰ ਵਧੀਆ ਲੱਗਦਾ, ਕਿ ਜਿਹੜਾ ਤੁਹਾਨੂੰ ਪਸੰਦ ਆ ਟਰੈਕਟਰ ਉਹ ਲਵੋ, ਠੀਕ ਆ ਨਾ? ਜਿਹੜਾ ਮੇਰੀ ਥਿਊਰੀ ਇਹ ਆ ਕਿ ਜਿਹੜਾ ਮੇਰੇ ਮਨ ਨੂੰ ਟਰੈਕਟਰ ਮੈਨੂੰ ਪਹਿਲਾਂ ਲੱਗ ਗਿਆ, ਆਪਾਂ ਉਹੀ ਲੈਣਾ। ਮੈਂ ਨਹੀਂ ਕਿਸੇ ਨਾਲ ਸਲਾਹ ਕਰਦਾ, ਨਾ ਮਸ਼ਵਰਾ ਕਿਸੇ ਨਾਲ ਨਹੀਂ, ਆਪਾਂ ਨੂੰ ਜੋ ਪਸੰਦ ਆਪਾਂ ਉਹ ਲੈਣਾ, ਆਪਣੀ ਜੇਬ ਜਿਹੜਾ ਟਰੈਕਟਰ ਚੱਲਦੀ ਆ ਆਪਾਂ ਉਹ ਲਵਾਂਗੇ। ਵੀਰੇ ਤੁਸੀਂ ਵੀ ਕਿਸੇ ਦੇ ਮਗਰ ਨਾ ਲੱਗੋ, ਜਿਹੜਾ ਤੁਹਾਡੀ ਜੇਬ ਚੱਲਦੀ ਆ ਅਤੇ ਤੁਹਾਡਾ ਮਨ ਕਹਿੰਦਾ ਉਹ ਟਰੈਕਟਰ ਲਵੋ। ਸਾਰੇ ਟਰੈਕਟਰ ਵਧੀਆ, A to Z ਤੱਕ ਟਰੈਕਟਰ ਵਧੀਆ, ਠੀਕ ਹੈ ਨਾ? ਸਾਰੇ ਟਰੈਕਟਰ ਵਧੀਆ, ਜਿੰਨੇ ਕੁ ਆਪਾਂ ਰੁਪਈਏ ਲਾਉਣੇ ਆਪਾਂ ਨੂੰ ਪਤਾ ਕਿ ਆਪਣਾ ਟਰੈਕਟਰ ਪੂਰਾ ਬੈਸਟ ਹੈ, ਠੀਕ ਨੀ? ਲਓ ਜੀ, ਭਰ ਗਈ ਇੱਕ ਟਰਾਲੀ, ਊਸ਼ਾ ਝੋਨੇ ਨੇ ਮਸ਼ੀਨ ਰੋਕੀ ਪਈ ਆ ਜਮਾਂ ਹੀ, ਕੀੜੀ ਦੀ ਚਾਲ ਚੱਲਦੀ ਆ ਜਮਾਂ ਹੀ, ਤਾਂ ਇਸ ਸਮੇਂ 'ਚ ਲੱਗਿਆ। ਪਿੱਛੇ ਦੇਖ ਲਓ ਫੂਸ ਕਿੰਨਾ ਪਿਆ, ਉਵੇਂ ਹੀ ਫੂਸ ਪਿਆ ਜਿਵੇਂ ਬਾਬੂ ਮੰਡੀ ਮੇ ਉਹਦੇ ਰਾਮ ਹੈ ਤਾਂ ਹੈਗਾ। ਜਮਾਂ ਹੀ ਰੋਕੀ ਪਈ ਆ ਮਸ਼ੀਨ, ਊਸ਼ਾ ਝੋਨੇ ਨੇ ਹੌਲੀ ਹੌਲੀ ਤੁਰਦੀ ਆ। ਕੱਦ ਬਹੁਤ ਵੱਡਾ ਸੀ ਨਾ, ਕੱਦ ਵੀ ਬਹੁਤ ਵੱਡਾ, ਅਤੇ ਹਜੇ ਦੇ ਨਾਲੇ ਮੁੰਜਰ ਮੁੰਜਰੀ ਫੜਦੀ ਆ, ਪਰ ਫਿਰ ਵੀ ਕਿੰਨੀ ਪਰਾਲੀ ਆ ਮਗਰ ਨੇ। ਰਹੀ ਆ ਹਾਂਜੀ, ਜਿਹੜੀ ਆਪਾਂ ਟਰੈਕਟਰਾਂ ਦੀ ਗੱਲ ਕਰਦੇ ਸੀਗੇ ਕਿ ਵੀਰੇ ਸਾਰੇ ਟਰੈਕਟਰ ਵਧੀਆ ਵਾ, ਆਪੋ ਆਪਣੇ ਟਾਈਮ ਆਪੋ ਆਪਣੇ ਜੇਬ ਦੇ ਮੁਤਾਬਕ ਨਾ, ਮੈਨੂੰ ਤਾਂ ਉਹੀ ਪਸੰਦ ਲੱਗਦਾ। ਅਸੀਂ ਵੀ ਵੀਰੇ ਟਰੈਕਟਰ ਕਿਹੜਾ ਸਾਰੇ ਇਕੱਠੇ ਲੈ ਲਏ ਸੀਗੇ ਨਾ, ਅਸੀਂ ਵੀ ਜਿਵੇਂ ਜਿਵੇਂ ਸਾਡੀ ਜੇਬ ਜਿਵੇਂ ਚੱਲਦੀ ਸੀਗੀ, ਜਿਵੇਂ ਕਦੇ ਪੁਰਾਣਾ ਲੈ ਲਿਆ, ਕਦੇ ਨਵਾਂ ਲੈ ਲਿਆ, ਹੈ ਨਾ, ਇੱਕ ਦਾ ਲੋਨ ਮੁੱਕ ਗਿਆ ਫਿਰ ਦੂਜਾ ਲੈ ਲਿਆ, ਇੱਦਾਂ ਕਰ ਕਰਕੇ ਲਏ ਆ ਵੀਰੇ ਟਰੈਕਟਰ। ਆਪਾਂ ਵੀ ਕੋਈ ਕਹੇ ਇਕੱਠੇ ਤਾਂ ਆਪਾਂ ਟਰੈਕਟਰ ਲਏ ਨਹੀਂ, ਹੈ ਨਾ, ਨਾਲੇ ਪਸੰਦ ਆਪਣੀ ਸਾਰੇ ਟਰੈਕਟਰਾਂ ਦੀ। 50-30 ਮੈਨੂੰ ਟਰੈਕਟਰ ਨਾ, 50-30 ਦੀ ਹੁਣ ਜੇ ਮੈਂ ਕਹਾਣੀ ਦੱਸਣ ਲੱਗ ਗਿਆ ਨਾ, ਵੀਡੀਓ ਵੱਡੀ ਹੋ ਜਾਂਦੀ ਹੈ ਵਾਲੀ, 50-30 ਦੀ ਕਹਾਣੀ ਫਿਰ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗੇ।